ਭਾਰਤੀ ਜਨਤਾ ਪਾਰਟੀ ਜਿੰਦਾਬਾਦ, ਭਾਰਤੀ ਜਨਤਾ ਪਾਰਟੀ ਜਿੰਦਾਬਾਦ, ਰਣਜੀਤ ਸਿੰਘ ਸੰਧੂ ਜਿੰਦਾਬਾਦ, ਰਣਜੀਤ ਸਿੰਘ ਸੰਧੂ ਜਿੰਦਾਬਾਦ, ਆਹ
ਜੋ ਰਿਐਕਸ਼ਨ ਹੈ ਲੋਕਾਂ ਦਾ ਪਿਆਰ, ਲੋਕਾਂ ਨੇ ਬਾਹਰ ਆ ਕੇ ਬੋਲਣਾ ਸਵਾਗਤ ਕੀਤਾ ਆ, ਅਤੇ ਇਹ ਸਾਰਾ ਇਹੋ ਹੀ ਪੁਆਇੰਟ ਆਊਟ ਕਰ ਰਿਹਾ ਕਿ ਜਿਹੜਾ ਡਿਵੈਲਪਮੈਂਟ ਦਾ ਮੁੱਦਾ ਅਸੀਂ ਚੁੱਕਿਆ ਆ ਉਹ ਮਜੀਠੇ ਦੇ ਲੋਕਾਂ ਨੂੰ ਵੀ ਦਿਲ 'ਚ ਲੱਗ ਰਿਹਾ, ਇਸ ਕਰਕੇ ਬਾਹਰ ਆ ਕੇ ਸਪੋਰਟ। ਸਰ, ਕਿਸ ਤਰ੍ਹਾਂ ਦਾ ਰਿਸਪੋਂਸ ਸੀ ਅੱਜ, ਔਰ ਅਸੀਂ ਦੇਖ ਰਹੇ ਸੀ ਆਸੇ ਪਾਸੇ ਲੋਕ ਜਿਹੜੇ ਨੇ ਕਾਫੀ ਵੈਲਕਮ ਕੀਤਾ ਤੁਹਾਡਾ? ਦੇਖੋ, ਪੂਰੀ ਧੁੱਪ ਚੜ੍ਹੀ ਹੋਈ ਆ, ਗਰਮੀ ਆ ਟੁੱਟ ਕੇ, ਫਿਰ ਵੀ ਲੋਕ ਬਾਹਰ ਆਏ, ਰਿਸਪੋਂਸ ਵਧੀਆ, ਲੋਕਾਂ ਦੇ ਦਿਲ ਨੂੰ ਟੱਚ ਕਰ ਰਹੀ ਹੈ ਜਿਹੜੇ ਅਸੀਂ ਇਸ਼ੂਜ਼ ਲੈ ਰਹੇ ਹਾਂ ਡਿਵੈਲਪਮੈਂਟ ਦੇ। ਅਤੇ ਮੈਨੂੰ ਐਤਕਾ ਲੱਗ ਰਿਹਾ ਕਿ ਇੱਕ ਹਨੇਰੀ ਚੱਲਣੀ ਸ਼ੁਰੂ ਹੋ ਗਈ ਆ, ਅਤੇ ਆਪਾਂ ਇਸ ਇਲਾਕੇ ਦਾ ਅੰਮ੍ਰਿਤਸਰ ਦੀ ਡਿਵੈਲਪਮੈਂਟ ਕਰ। ਜਿਸ ਤਰ੍ਹਾਂ ਕਿ ਅੱਜ ਅਸੀਂ ਮਜੀਠੇ ਆਏ ਜੀ, ਔਰ ਮਜੀਠਾ ਇੱਕ ਰਾਜਨੀਤਿਕ ਹੱਬ ਹੈਗਾ, ਮੰਨਿਆ ਪਰ ਮੰਨਿਆ ਜਿਹੜਾ ਹੈਗਾ ਮਜੀਠਾ ਜੀ, ਕੋਈ ਗੱਲ ਨਹੀਂ ਜੀ, ਸਾਰੇ ਹੀ ਰਾਜਨੀਤਿਕ ਹੱਲ ਹੈਗੇ, ਆਪਣਾ ਮਜੀਠਾ ਵੀ ਹੈਗਾ, ਬਿਲਕੁਲ ਮਜੀਠਾ ਸਾਡਾ ਇਲਾਕਾ ਆ, ਆ ਇੱਥੇ ਮੇਰੇ ਨਾਲ ਥੋੜ੍ਹੇ ਪ੍ਰਧਾਨ ਸਾਹਿਬ ਨੇ, ਡੱਟ ਕੇ ਕਰਾਂਗੇ, ਇੱਥੋਂ ਸੇਵਾ ਵੀ ਕਰਾਂਗੇ, ਕੋਈ ਡਰਨ ਦੀ ਲੋੜ ਨਹੀਂ, ਇੱਥੇ ਸਾਡਾ ਵੀ ਇੱਥੇ ਕਿਲ੍ਹਾ ਫਤਿਹ ਹੋਊਗਾ।